30 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆ ਯਾਤਰਾ ਆਰੰਭ ਹੋਈ। ਮਾਝੇ ਦੇ ਹਲਕਿਆਂ 'ਚ ਨਿਕਲ ਕੇ ਅੱਜ ਮਾਲਵਾ 'ਚ ਪਹੁੰਚੀ ਹੈ। ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ, ਆਸ਼ੀਰਵਾਦ ਮਿਲ ਰਿਹਾ। ਜੋ ਹਾਲਾਤ ਹੈ ਸ਼ਰਾਬੀ ਮੁੱਖ ਮੰਤਰੀ ਨੇ ਕਰ ਦਿੱਤੀ ਹੈ ਪੰਜਾਬ ਵਿੱਚ, ਆਪਾਂ ਪੰਜਾਬੀ ਉਹ ਇਕੱਠੇ ਹੋਈਏ। ਜੋ ਹੌਲੀ ਹੌਲੀ ਆਪਣੇ 'ਤੇ ਹਮਲੇ ਹੋਣ ਲੱਗ ਗਏ, ਆਪਣੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣ ਲੱਗ ਗਏ। ਅੱਜ ਤੁਸੀਂ ਦੇਖਿਆ ਹੋਣਾ ਜਿਹੜਾ ਨਵਾਂ ਐਕਟ ਪਾਸ ਕੀਤਾ ਹੈ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਉੱਤੇ, ਮਹਾਰਾਸ਼ਟਰ ਸਰਕਾਰ ਨੇ ਜਿਹੜੇ ਆਪਣੀ ਪੁਰਾਣਾ ਐਕਟ ਸੀ ਉਹਨੂੰ ਖਤਮ ਕਰਕੇ ਹੁਣ ਕੰਪਲੀਟ ਕੰਟਰੋਲ, ਸਾਰਾ ਕਬਜ਼ਾ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਹਜ਼ੂਰ ਸਾਹਿਬ ਦੇ ਉੱਤੇ ਆਪਣਾ ਕਰ ਲਿਆ। ਜੇ ਆਪਣੇ ਧਾਰਮਿਕ ਆਜ਼ਾਦੀ ਵੀ ਆਪਣੇ ਕੋਲ ਨਹੀਂ ਰਹੂਗੀ ਤੇ ਆਪਾਂ ਕੀ ਕਰਾਂਗੇ? ਹੌਲੀ ਹੌਲੀ ਆਪਣੇ 'ਤੇ ਹਮਲੇ ਹੋ ਰਹੇ ਆ ਤੇ ਆਪਾਂ ਵਿਖਰ ਗਏ ਹਾਂ। ਆਓ ਇਕੱਠੇ ਹੋਈਏ, ਆਪਣੀ ਫੌਜ ਅਕਾਲੀ ਦਲ ਦੇ ਥੱਡੇ ਝੰਡੇ ਥੱਲੇ ਇਕੱਠੇ ਹੋਈਏ। ਆਹ 103 ਸਾਲ ਪੁਰਾਣੀ ਤੁਹਾਡੀ ਫੌਜ ਹੈ, ਇਹਨੂੰ ਤਗੜਾ ਕਰ ਲਿਓ, ਤੁਹਾਡੇ 'ਤੇ ਕੋਈ ਹਮਲਾ ਨਹੀਂ ਹੋਊਗਾ। ਆਪਾਂ ਦੂਜੀਆਂ ਗੱਲਾਂ 'ਚ ਨੈਸ਼ਨਲ ਪਾਰਟੀਆਂ ਦਿੱਲੀ ਦੀ ਪਾਰਟੀਆਂ ਦੇ ਸਿਰ 'ਤੇ ਆਪਾਂ ਉਹਨਾਂ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਤਗੜਾ ਕਰ ਦਿੱਤਾ ਤੇ ਆਪਣੇ 'ਤੇ ਹਮਲੇ ਹੋਣ ਲੱਗ ਗਏ। ਆਓ ਪੰਜਾਬੀਓ, ਆਓ ਖਾਲਸਾ ਜੀ, ਇਕੱਠੇ ਹੋ ਕੇ ਆ ਯਾਤਰਾ 'ਚ ਹਿੱਸਾ ਲੈ ਕੇ ਆ ਜਿਹੜਾ ਅਗਲਾ ਇਲੈਕਸ਼ਨ ਆਉਣਾ ਹੈ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਏ ਤੇ ਆਪਣੀ ਕੌਮ ਦੀ ਪਾਰਟੀ ਜਥੇਬੰਦੀ ਪੰਜਾਬ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਫਿਰ ਤੋਂ ਪੰਜਾਬ ਦੇ ਉੱਤੇ ਲੜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 30 ਤਰੀਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ ਆ ਯਾਤਰਾ ਆਰੰਭ ਹੋਈ। ਮਾਝੇ ਦੇ ਹਲਕਿਆਂ 'ਚ ਨਿਕਲ ਕੇ ਅੱਜ ਮਾਲਵਾ 'ਚ ਪਹੁੰਚੀ ਹੈ। ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ, ਆਸ਼ੀਰਵਾਦ ਮਿਲ ਰਿਹਾ ਹੈ। ਜੋ ਹਾਲਾਤ ਹੈ ਸ਼ਰਾਬੀ ਮੁੱਖ ਮੰਤਰੀ ਨੇ ਕਰ ਦਿੱਤੀ ਹੈ ਪੰਜਾਬ ਵਿੱਚ, ਆਪਾਂ ਪੰਜਾਬੀ ਉਹ ਇਕੱਠੇ ਹੋਈਏ। ਜੋ ਹੌਲੀ ਹੌਲੀ ਆਪਣੇ 'ਤੇ ਹਮਲੇ ਹੋਣ ਲੱਗ ਗਏ, ਆਪਣੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣ ਲੱਗ ਗਏ। ਅੱਜ ਤੁਸੀਂ ਦੇਖਿਆ ਹੋਣਾ ਜਿਹੜਾ ਨਵਾਂ ਐਕਟ ਪਾਸ ਕੀਤਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਉੱਤੇ, ਮਹਾਰਾਸ਼ਟਰ ਸਰਕਾਰ ਨੇ ਜਿਹੜੇ ਆਪਣੀ ਪੁਰਾਣਾ ਐਕਟ ਸੀ ਉਹਨੂੰ ਖਤਮ ਕਰਕੇ ਹੁਣ ਕੰਪਲੀਟ ਕੰਟਰੋਲ, ਸਾਰਾ ਕਬਜ਼ਾ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਹਜ਼ੂਰ ਸਾਹਿਬ ਦੇ ਉੱਤੇ ਆਪਣਾ ਕਰ ਲਿਆ। ਜੇ ਆਪਣੇ ਧਾਰਮਿਕ ਆਜ਼ਾਦੀ ਵੀ ਆਪਣੇ ਕੋਲ ਨਹੀਂ ਰਹੂਗੀ ਤੇ ਆਪਾਂ ਕੀ ਕਰਾਂਗੇ? ਹੌਲੀ ਹੌਲੀ ਆਪਣੇ 'ਤੇ ਹਮਲੇ ਹੋ ਰਹੇ ਆ ਤੇ ਆਪਾਂ ਵਿਖਰ ਗਏ ਹਾਂ। ਆਓ ਇਕੱਠੇ ਹੋਈਏ, ਆਪਣੀ ਫੌਜ ਅਕਾਲੀ ਦਲ ਦੇ ਥੱਡੇ ਝੰਡੇ ਥੱਲੇ ਇਕੱਠੇ ਹੋਈਏ। ਆਹ 103 ਸਾਲ ਪੁਰਾਣੀ ਤੁਹਾਡੀ ਫੌਜ ਹੈ, ਇਹਨੂੰ ਤਗੜਾ ਕਰ ਲਿਓ, ਤੁਹਾਡੇ 'ਤੇ ਕੋਈ ਹਮਲਾ ਨਹੀਂ ਹੋਊਗਾ। ਆਪਾਂ ਦੂਜੀਆਂ ਗੱਲਾਂ 'ਚ ਨੈਸ਼ਨਲ ਪਾਰਟੀਆਂ ਦਿੱਲੀ ਦੀ ਪਾਰਟੀਆਂ ਦੇ ਸਿਰ 'ਤੇ ਆਪਾਂ ਉਹਨਾਂ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਤਗੜਾ ਕਰ ਦਿੱਤਾ ਤੇ ਆਪਣੇ 'ਤੇ ਹਮਲੇ ਹੋਣ ਲੱਗ ਗਏ। ਆਓ ਪੰਜਾਬੀਓ, ਆਓ ਖਾਲਸਾ ਜੀ, ਇਕੱਠੇ ਹੋ ਕੇ ਆ ਯਾਤਰਾ 'ਚ ਹਿੱਸਾ ਲੈ ਕੇ ਆ ਜਿਹੜਾ ਅਗਲਾ ਇਲੈਕਸ਼ਨ ਆਉਣਾ ਹੈ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਏ ਤੇ ਆਪਣੀ ਕੌਮ ਦੀ ਪਾਰਟੀ ਜਥੇਬੰਦੀ ਪੰਜਾਬ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਫਿਰ ਤੋਂ ਪੰਜਾਬ ਦੇ ਉੱਤੇ ਲੜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।